एक पास दस दिए कि पंचायती चोणां नूं लैके सवेर तो ही वोटां पाउण दी प्रतिक्रियावां लगातार जारी ने। तस्वीरां मौके दीआं लाइव तुहाडे नाल सांझी कर रहे हैं, लोग वोट पाउण जा रहे ने ते कई थावां ते पंचायती चोणां दे दौरान माहौल होर भी ज्यादा पक गया, किते गोलियां चल गईआं तां फिर तो लड़ाई झगड़े दीआं खबरां जिहड़ियां ने उह सामणे आ रहीआं ने। इसे विचकार दस दिए कि सरहदी पिंड भग्गूपुर बेट विखे प्रोजेक्टिंग अफसर नूं लैके पिंड वासियां दे वल्लों धरना लगा के वोटां नहीं पाईआं गईआं, वोटां दी प्रतिक्रिया जिहड़ी है शुरू करन तों रोक लगा दित्ती गई है। दस दिए कि रोश धरना नूं संबोधन करदिआं मसू सिंह भग्गूपुर बेट, रशपाल सिंह, साबका सरपंच शर्मा, सतनाम सिंह फौजी, सोहण सिंह, प्रकट सिंह आदि ने कहा मिली भुगत दे नाल पिंड विच ही पिंड दा ही प्रोजेक्टिंग अफसर मनजीत सिंह जिहड़ा है उसदे वल्लों पक्षपात किया जा रहा। उन्होंने एक सुर दे विच कहा कि जेकर प्रोजेक्टिंग अफसर नूं ना बदलिया गया तो वोटां दा काम शुरू नहीं होण दिता जाएगा। तो मौके दीआं तस्वीरां तुहाडे नाल सांझी कर रहे हैं कि पिंड वासियां दा इस दौरान होर की कुछ कहना है ते किहो जिहियां समस्यावां वोटां दे दौरान ते पिंड वासियां नूं होर की कुछ झलणा पै रहा इस दौरान, मौके दीआं लाइव तस्वीरां तुहाडे नाल सांझी कर रहे हैं। मेरा नाम सतनाम सिंह जी, पिंड मेरा भग्गूपुर बेट है। ਅਸੀਂ ਧਰਨਾ ਇਸ ਕਰਕੇ ਲਾਇਆ ਜੀ ਜਦੋਂ ਇਹ ਪ੍ਰੋਜੈਕਟਿੰਗ ਅਫਸਰ ਇੱਥੇ ਪਾਰਟੀ ਪਹੁੰਚੀ ਹੈ ਰਾਤ 9:30 ਪਹੁੰਚੀ ਹੈ, ਇਹਦੇ ਵਿੱਚ ਅਸੀਂ ਵੇਖਿਆ ਤਾਂ ਸਾਡੇ ਪਿੰਡ ਦਾ ਹੀ ਪ੍ਰੋਜੈਕਟਿੰਗ ਅਫਸਰ ਜਿਹੜਾ ਮਨਜੀਤ ਸਿੰਘ ਸਨ ਆਫ ਹਰਬੰਸ ਸਿੰਘ ਸਾਡੇ ਪਿੰਡ ਦਾ ਵਸਨੀਕ ਆ, ਸਾਡੀ ਜ਼ਮੀਨ ਇੱਥੇ ਆ, ਵੋਟਰ ਲਿਸਟ ਦੇ ਵਿੱਚ ਆ, 2023 ਦੀ ਵੋਟਰ ਲਿਸਟ ਦੇ ਵਿੱਚ ਵੀ ਹੈ, ਇਸ ਲਿਸਟ ਦੇ ਵਿੱਚ 2024 ਲਿਸਟ ਦੇ ਵਿੱਚ ਵੀ ਇਹਦਾ ਨਾਮ ਦਰਜ ਹੈ, 115 ਨੰਬਰ ਵੋਟ ਆਏ ਦੇ। ਅਸੀਂ ਸਰਕਾਰ ਅੱਗੇ ਨਿਵੇਦਨ ਬੇਨਤੀ ਕਰਦੇ ਹਾਂ ਕਿ ਇਸ ਚੋਣ ਨੂੰ ਰੱਦ ਕਰਕੇ ਨਵੇਂ ਸਿਰੇ ਤੋਂ ਨਵਾਂ ਪ੍ਰੋਜੈਕਟਿੰਗ ਅਫਸਰ ਲਾਇਆ ਜਾਏ ਜੋ ਕਿ ਸਾਡਾ ਪਿੰਡ ਦਾ ਇਨਸਾਫ ਪਿੰਡ ਨੂੰ ਇਨਸਾਫ ਮਿਲ ਸਕੇ। ਅਸੀਂ ਇਹੋ ਹੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਗਰੀਬ ਜਨਤਾ ਦਾ ਵੇਖਿਆ ਜਾਏ, ਜੋ ਕਿ ਨਿਰਪੱਖ ਚੋਣ ਹੋਣੀ ਚਾਹੀਦੀ ਹੈ, ਨਾ ਕਿ ਪਖਸ਼ਬਾਜੀ ਦੀ ਚੋਣ ਹੋਣੀ ਚਾਹੀਦੀ ਹੈ। ਪਖਪਾਤ ਕਰ ਰਿਹਾ ਜਿਹੜਾ ਲਾਇਆ ਪ੍ਰੋਜੈਕਟਿੰਗ ਅਫਸਰ, ਇਹ ਬਿਲਕੁਲ ਜੀ ਮਿਲੀ ਭਗਤ ਦੇ ਨਾਲ ਲਵਾਇਆ ਗਿਆ ਆ, ਉਹ ਖੁਦ ਕਬੂਲ ਕਰ ਰਿਹਾ ਕਿ ਮੈਂ ਲੱਗ ਕੇ ਮੈਂ ਦੱਸਿਆ ਸੀ ਵੀ ਮੇਰਾ ਇਹ ਪਿੰਡ ਹੈ ਵੀ ਮੈਂ ਨਹੀਂ ਪਿੰਡ ਦੇ ਵਿੱਚ ਜਾਣਾ ਅਤੇ ਮੈਨੂੰ ਫਿਰ ਇੱਥੇ ਲਵਾਇਆ ਗਿਆ, ਡਿਊਟੀ ਮੇਰੀ ਲਵਾਈ ਗਈ ਹੈ। ਨਹੀਂ ਹੁਣ ਵੋਟਾਂ ਦਾ ਕੰਮ ਚੱਲਣ ਦਿੱਤਾ ਜਾਊਗਾ ਜਾਂ ਰੋਕ? ਨਹੀਂ ਜੀ ਬਿਲਕੁਲ ਨਹੀਂ ਚੱਲਣ ਦਿੱਤਾ ਜਾਏਗਾ, ਮੰਨਦੇ ਆ ਜਿੰਨਾ ਚਿਰ ਇਹ ਚੇਂਜ ਨਹੀਂ ਹੁੰਦੇ ਉਨਾ ਚਿਰ ਅਸੀਂ ਮਨਜੀਤ ਸਿੰਘ ਚੇਂਜ ਨਹੀਂ ਹੁੰਦਾ ਨਹੀਂ ਚੇਂਜ ਆਪਣਾ ਵੋਟ ਚੱਲਣ ਦਿਆਂਗੇ। ਜਦੋਂ ਤੁਹਾਨੂੰ ਰਾਤ ਪਤਾ ਲੱਗਾ ਤੁਸੀਂ ਕਿ ਉੱਚ ਅਧਿਕਾਰੀ ਨਾਲ ਜਾਂ ਐਸਡੀਐਮ ਨਾਲ ਜਾਂ ਡੀਸੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ? ਅਸੀਂ ਜੀ ਰਾਤ ਉਸੇ ਟਾਈਮ ਹੀ ਜਦੋਂ ਸਾਨੂੰ ਪਤਾ ਲੱਗਾ ਅਸੀਂ ਐਸਡੀਐਮ ਸਾਹਿਬ ਨੂੰ ਮੇਲ ਪਾਈ, ਐਸਡੀਐਮ ਸਾਹਿਬ ਨਾਲ ਗੱਲ ਹੋਈ ਹੈ, ਉਹਨਾਂ ਨੇ ਆਖਿਆ ਸਾਨੂੰ ਵੀ ਤੁਹਾਡੇ 'ਤੇ ਅਸੀਂ ਚੇਂਜ ਕਰ ਦਿਆਂਗੇ ਦਿਨ ਚੜ੍ਹਦੇ ਨੂੰ। ਅਤੇ ਹੁਣ 8 ਵਜ ਗਏ, ਵੋਟਿੰਗ ਸ਼ੁਰੂ ਹੋਣ ਵਾਲੀ, ਹਾਲੇ ਤੱਕ ਕੋਈ ਅਜੇ ਤੱਕ ਕੋਈ ਸਾਨੂੰ ਜਵਾਬ ਨਹੀਂ ਮਿਲਿਆ ਜੀ। ਹੁਣ ਜੇ ਨਹੀਂ ਹੁੰਦਾ ਤਾਂ ਤੁਸੀਂ ਕੀ ਕਰੋਗੇ ਇਸ ਤੋਂ ਬਾਅਦ? ਅਸੀਂ ਇਹ ਧਰਨਾ ਹੀ ਰੱਖਾਂਗੇ, ਬੰਦ ਰੱਖਾਂਗੇ, ਕਿਸੇ ਨੂੰ ਵੋਟ ਨਹੀਂ ਪਾਉਣ ਦਿੱਤੀ ਜਾਏਗੀ, ਬਿਲਕੁਲ ਨਹੀਂ ਪਾਉਣ ਦਿੱਤੀ ਜਾਏਗੀ ਜੀ। ਐਕਚੁਅਲੀ ਕਹਾਣੀ ਕੀ ਸੀ, ਜਿਹੜਾ ਪ੍ਰੋਜੈਕਟਿੰਗ ਅਫਸਰ ਆ ਉਹ ਪਹਿਲਾਂ ਇਹਨਾਂ ਦੇ ਪਿੰਡ ਦਾ ਵਸਨੀਕ ਸੀਗਾ, ਉਹ ਕਾਫੀ ਲੰਬੇ ਸਮੇਂ ਤੋਂ ਸ਼ਹਿਰ ਚੜ ਗਿਆ, ਉਹਨਾਂ ਨੂੰ ਇਹ ਇਤਰਾਜ਼ ਸੀਗਾ ਕਿ ਦੂਜੀ ਪਾਰਟੀ ਦੀਆਂ ਵੋਟਾਂ ਨਾ ਪਵਾਵੇ, ਉਹਨਾਂ ਦੋਵਾਂ ਧਿਰਾਂ ਨੂੰ ਬਿਠਾ ਕੇ ਉਹਨਾਂ ਦੇ ਗਿਲੇ ਸ਼ਿਕਵੇ ਦੂਰ ਕਰਾ ਕੇ ਅਤੇ ਪੋਲਿੰਗ ਚਾਲੂ ਕਰਵਾ। ਬਿਲਕੁਲ ਪੀਸਫੁੱਲ ਆ ਜੀ, ਮੈਂ ਮੰਝ ਵੀ ਜਾ ਕੇ ਆਇਆ, ਲੋਪੋਗੇ, ਚਗਾਵੇਂ, ਕੋਹਾਲੀ, ਬਿਲਕੁਲ ਪੀਸਫੁੱਲ ਚੱਲ ਰਿਹਾ, ਲੋਕ ਅਮਨ ਸ਼ਾਂਤੀ ਨਾਲ ਪਾ ਰਹੇ ਨੇ ਵੋਟਾਂ।